ਸਤਿ ਸ਼੍ਰੀ ਅਕਾਲ ਮੇਰਾ ਨਾਮ ਵਿਨੇ ਹਰੀ ਹੈ ਅਸੀਂ ਬੱਚਿਆਂ ਨੂੰ ਪੜ੍ਹਨ ਵਾਸਤੇ ਕੈਨੇਡਾ ਭੇਜਦੇ ਹਾਂ ਅੱਜ ਕੈਨੇਡਾ ਦੇ ਵੀਜ਼ੇ ਰਿਫਿਊਜ਼ ਬਹੁਤ ਜ਼ਿਆਦਾ ਹੋ ਰਿਹਾ ਹੈ ਰਿਫਿਊਜ਼ਲ ਦੇ ਵਿੱਚ ਸਭ ਤੋਂ ਵੱਡੇ ਜਿਹੜੇ 4-5 ਪੁਆਇੰਟ ਨੇ ਉਹ ਸਾਰੇ ਤੁਹਾਡੇ ਨਾਲ ਅੱਜ ਡਿਸਕਸ ਕਰੂੰਗਾ 1 ਟੂ 1 ਅੱਜ ਐਮਬੈਸੀ ਨੇ ਜਦੋਂ ਤੁਹਾਨੂੰ ਵੀਜ਼ਾ ਦੇਣਾ ਸਭ ਤੋਂ ਪਹਿਲਾਂ ਉਹ ਦੇਖਣਾ ਚਾਹੁੰਦੇ ਨੇ ਕਿ ਤੁਸੀਂ ਇੱਕ ਜੈਨੂਇਨ ਬੋਨਫਾਈਡ ਸਟੂਡੈਂਟ ਹੈਗੇ ਹੋ ਜਾਂ ਨਹੀਂ ਹੈਗੇ ਤੁਹਾਡੀ ਫਾਈਲ ਦੇ ਵਿੱਚ ਉਹਨਾਂ ਨੂੰ ਲੱਗਣਾ ਚਾਹੀਦਾ ਕਿ ਤੁਸੀਂ ਇੱਕ ਜੈਨੂਇਨ ਸਟੂਡੈਂਟ ਹੋ ਜੈਨੂਇਨ ਸਟੂਡੈਂਟ ਕੌਣ ਹੁੰਦਾ ਵਾ ਜਿਨੇ ਆਪਣੀ ਪੜ੍ਹਾਈ ਦੇ ਵਿੱਚ ਜਿਹੜੇ ਗੈਪ ਆ ਉਹਨੂੰ ਚੰਗੀ ਤਰੀਕੇ ਨਾਲ ਜਸਟੀਫਾਈਡ ਕੀਤਾ ਹੋਵੇ ਤੁਸੀਂ ਸਟੱਡੀ ਵੀਜ਼ੇ ਤੇ ਚੱਲੇ ਹੋ ਜਿੱਥੇ ਪ੍ਰਾਇਮਰੀ ਗੋਲ ਤੁਹਾਡਾ ਪੜ੍ਹਾਈ ਕਰਨਾ ਵਾ ਤੁਸੀਂ ਕਿਸੇ ਚੰਗੇ ਕਾਲਜ ਚ ਦਾਖਲਾ ਲਿਆ ਹੋਵੇ ਜਿਹੜਾ ਕੋਰਸ ਹੋਵੇ ਉਹ ਤੁਹਾਡੀ ਪੜ੍ਹਾਈ ਦੇ ਨਾਲ ਮੇਲ ਖਾਂਦਾ ਹੋਵੇ ਜੇਕਰ ਇਹ ਚੀਜ਼ਾਂ ਹੈਗੀਆਂ ਤੁਸੀਂ ਇੱਕ ਜੈਨੂਇਨ ਸਟੂਡੈਂਟ ਹੁੰਦੇ ਹੋ ਜਿਹਦੇ ਕੋਲ ਫੀਸ ਹੋਣੀ ਚਾਹੀਦੀ ਹੈ ਸਾਲ ਦੀ ਜਿਹਦੇ ਕੋਲ ਲਿਵਿੰਗ ਐਕਸਪੈਂਸ ਹੋਣੇ ਚਾਹੀਦੇ ਆ ਜਿਹਦੇ ਮਾਪੇ ਦਾ ਆਮਦਨ 10 ਤੋਂ 12 ਲੱਖ ਰੁਪਈਆ ਹੋਣੀ ਚਾਹੀਦੀ ਆ ਦੂਸਰਾ ਰੀਜ਼ਨ ਜਿਹੜਾ ਮੈਸੀ ਦੇਖਦੀ ਆ ਤੁਹਾਡੇ ਰਿਫਿਊਜ਼ਲ ਦੇ ਵਿੱਚ ਦੇਖਦੇ ਆ ਫੈਮਿਲੀ ਟਾਈਜ਼ ਅੱਜ ਬਹੁਤ ਸਾਰੇ ਬੱਚਿਆਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਪੜ੍ਹਾਈ ਤੋਂ ਬਾਅਦ ਕੈਨੇਡਾ ਤੋਂ ਵਾਪਸ ਨਹੀਂ ਆਉਂਗੇ ਇਸ ਕਰਕੇ ਤੁਹਾਡਾ ਵੀਜ਼ਾ ਰਿਫਿਊਜ਼ ਕੀਤਾ ਜਾ ਰਿਹਾ ਕਿੱਦਾਂ ਅਸੀਂ ਇਸ ਪੁਆਇੰਟ ਨੂੰ ਜਸਟੀਫਾਈ ਕਰ ਸਕਦੇ ਆ ਤੁਹਾਡੇ ਫੈਮਿਲੀ ਟਾਈਜ਼ ਇੰਡੀਆ ਚ ਬਹੁਤ ਸਟਰੋਂਗ ਹੋਣੇ ਚਾਹੀਦੇ ਆ ਤੁਸੀਂ ਆਪਣੀ ਐਪਲੀਕੇਸ਼ਨ ਦੇ ਵਿੱਚ ਕਲੀਅਰ ਦੱਸਣਾ ਵਾ ਕਿ ਤੁਹਾਡਾ ਕੈਨੇਡਾ ਦੇ ਵਿੱਚ ਕੋਈ ਰਿਸ਼ਤੇਦਾਰ ਭੈਣ ਭਰਾ ਨਹੀਂ ਰਹਿੰਦਾ ਜਦੋਂ ਤੱਕ ਤੁਹਾਡਾ ਕੋਈ ਸਕਾ ਬਲੱਡ ਰਿਲੇਸ਼ਨ ਦਾ ਕੋਈ ਬੰਦਾ ਕੈਨੇਡਾ ਨਹੀਂ ਰਹਿੰਦਾ ਤੁਸੀਂ ਕਿਸੇ ਦੋਸਤ ਬਾਰੇ ਜ਼ਿਕਰ ਨਹੀਂ ਕਰਨਾ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਤੁਹਾਨੂੰ ਦੱਸਣਾ ਪਏਗਾ ਕਿ ਤੁਹਾਡਾ ਕੈਨੇਡਾ ਦੇ ਵਿੱਚ ਕੋਈ ਨਹੀਂ ਰਹਿੰਦਾ ਔਰ ਤੁਹਾਡੇ ਮਾਪੇ-ਬਾਪ ਭੈਣ ਭਰਾ ਸਾਰੇ ਇੰਡੀਆ 'ਚ ਰਹਿੰਦੇ ਨੇ ਤੁਹਾਡਾ ਛੋਟਾ ਭਰਾ ਛੋਟੀ ਭੈਣ ਕਿਹੜੀ ਕਲਾਸ ਦੇ ਵਿੱਚ ਪੜਦਾ ਵਾ ਤੁਹਾਡੇ ਪਿਤਾ ਜੀ ਕੀ ਕਾਰੋਬਾਰ ਕਰਦੇ ਨੇ ਕੀ ਰਸੂਖ ਹੈ ਤੁਹਾਡਾ ਪਿੰਡ ਦੇ ਵਿੱਚ ਕਿੰਨੀ ਜ਼ਮੀਨ ਹੈ ਤੁਹਾਡੇ ਕੋਲ ਤੁਸੀਂ ਕਿਸੇ ਪੋਲਿਟੀਕਲ ਪਾਰਟੀ ਨਾਲ ਜੁੜੇ ਹੋ ਤੁਸੀਂ ਕਿਸੇ ਧਾਰਮਿਕ ਸੰਸਥਾ ਦੇ ਨਾਲ ਜੁੜੇ ਹੋਆਂ ਤੁਸੀਂ ਕੋਈ ਸਮਾਜਿਕ ਕੰਮ ਦੇ ਵਿੱਚ ਕਦੀ ਹੱਥ ਵੰਡਾਇਆ ਵਾ ਤੁਸੀਂ ਸਮਾਜ ਪ੍ਰਤੀ ਕਿੱਥੇ ਖੜੇ ਹੋ ਤੁਹਾਡੇ ਸਮਾਜਿਕ ਕੀ ਕੀ ਤੁਹਾਡੇ ਕਰਤੱਵੇ ਹੈਗੇ ਆ ਜਿਹੜੇ ਤੁਸੀਂ ਪੂਰੇ ਕਰਦੇ ਹੋ ਤੁਸੀਂ ਕਿਤੇ ਗੁਰੂ ਘਰ ਦੇ ਵਿੱਚ ਕੋਈ ਸੇਵਾ ਕਰਦੇ ਹੋ ਤੁਸੀਂ ਕਿਸੇ ਐਨਜੀਓ ਵਾਸਤੇ ਕੰਮ ਕਰਦੇ ਹੋ ਤੁਸੀਂ ਕਿਤੇ ਅनाथ ਬੱਚਿਆਂ ਨੂੰ ਕਿਸੇ ਕੁੜੀਆਂ ਦੀ ਸ਼ਾਦੀ ਕਰਾਉਂਦੇ ਹੋ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਕੰਮ ਦੇ ਵਿੱਚ ਇਨਵੋਲਵ ਹੈਗੇ ਜੇ ਪਿਛਲੇ ਲੰਬੇ ਸਮੇਂ ਤੋਂ ਇਸ ਨੂੰ ਜ਼ਰੂਰ ਦੱਸੋ ਤੁਸੀਂ ਐਮਬੈਸੀ ਨੂੰ ਦੱਸੋ ਕਿ ਤੁਹਾਡੀ ਜ਼ਮੀਨ ਜਾਇਦਾਦ ਤੁਹਾਡਾ ਕਾਰੋਬਾਰ ਕੀ ਕੀ ਹੈਗਾ ਹੈ ਤੁਹਾਡੇ ਕੋਲ ਕਿੰਨੇ ਪੈਸਿਆਂ ਦੀ ਆਮਦਨ ਹੈਗੀ ਹੈ ਜਦੋਂ ਤੁਸੀਂ ਸਾਰੀਆਂ ਚੀਜ਼ਾਂ ਆਪਣੀਆਂ ਦੱਸਦੇ ਹੋ ਅੰਬੈਸੀ ਦੇ ਵੀਜ਼ਾ ਆਫੀਸਰ ਨੂੰ ਵੀ ਲੱਗਦਾ ਕਿ ਹਾਂ ਇਹਦੇ ਟਾਈਜ਼ ਇੰਡੀਆ ਚ ਸਟਰੋਂਗ ਨੇ ਇਹ ਕੈਨੇਡਾ ਚ ਪਰਮਾਨੈਂਟ ਤੌਰ ਤੇ ਨਹੀਂ ਜਾਏਗਾ ਤੁਸੀਂ ਆਪ ਦਾ ਪਲਾਨ ਦੇਣਾ ਵਾ ਤੀਸਰੇ ਨੰਬਰ ਤੇ ਜਿਹੜਾ ਪੁਆਇੰਟ ਰਿਫਿਊਜ਼ਲ ਦਾ ਹੁੰਦਾ ਤੁਹਾਡਾ ਪਲਾਨ ਕੀ ਹੈ ਸਟੱਡੀ ਨੂੰ ਲੈ ਕੇ ਤੁਸੀਂ ਕੈਨੇਡਾ ਜਾਣ ਦਾ ਕੀ ਪਲਾਨ ਬਣਾਇਆ ਵਾ ਕਿਤੇ ਇਦਾਂ ਤੇ ਨਹੀਂ ਰਾਤੀ ਉੱਠ ਕੇ ਤੁਹਾਡੇ ਦਿਮਾਗ ਚ ਆਇਆ ਕਿ ਠੀਕ ਹੈ ਸਾਰੇ ਯਾਰ ਦੋਸਤ ਕੈਨੇਡਾ ਜਾ ਰਹੇ ਆ ਮੈਂ ਵੀ ਚਲੇ ਜਾਣਾ ਐਂਬੈਸੀ ਦੇ ਅਫਸਰ ਨੂੰ ਤੁਹਾਡੇ ਕੋਲ ਡਾਕੂਮੈਂਟਡ ਪ੍ਰੂਫ ਚਾਹੀਦਾ ਵਾ ਲਿਖਤੀ ਰੂਪ ਚੋਂ ਚਾਹੁੰਦੇ ਨੇ ਕਿ ਸਾਨੂੰ ਸਟੱਡੀ ਪਲਾਨ ਦਿਓ ਤੁਸੀਂ ਇਹ ਕੋਰਸ ਕਿਉਂ ਕਰੋਗੇ ਉੱਥੇ ਜਾ ਕੇ ਇਸ ਕੋਰਸ ਤੋਂ ਬਾਅਦ ਤੁਹਾਡਾ ਕੀ ਬਣੇਗਾ ਤੁਸੀਂ ਕਦੋਂ ਸੋਚਿਆ ਤੁਹਾਨੂੰ ਇਹ ਪੜ੍ਹਾਈ ਕਰਨੀ ਚਾਹੀਦੀ ਹੈ ਇਸ ਪੜ੍ਹਾਈ ਤੋਂ ਬਾਅਦ ਤੁਸੀਂ ਕੀ ਕਰੋਗੇ ਤੁਸੀਂ ਸਾਰੀਆਂ ਚੀਜ਼ਾਂ ਆਪਦੀ ਐਸਓਪੀ ਦੇ ਵਿੱਚ ਕਲੀਅਰ ਕਰਨੀਆਂ ਜਿਹਨੂੰ ਮੋਟੀਵੇਸ਼ਨ ਲੈਟਰ ਕਿਹਾ ਜਾਂਦਾ ਹੈ ਆਪਦੀ ਐਸਓਪੀ ਦੇ ਵਿੱਚ ਸਾਰੇ ਪੁਆਇੰਟ ਕਲੀਅਰ ਕਰੋ ਜਿਨ੍ਹਾਂ ਦੇ ਨਾਲ ਵੀਜ਼ਾ ਰਿਫਿਊਜ਼ਲ ਬਣਦਾ ਹੋਇਆ ਚੌਥੇ ਨੰਬਰ ਤੇ ਜਿਹੜਾ ਪੁਆਇੰਟ ਹੈ ਉਹ ਹੈ ਕੋਰਸ ਤੁਹਾਡਾ ਰੀਜ਼ਨੇਬਲ ਨਹੀਂ ਹੈਗਾ ਅਕਸਰ ਰਿਫਿਊਜ਼ਲ ਦੇ ਵਿੱਚ ਲਿਖਿਆ ਆਉਂਦਾ ਕਿ ਯੂਅਰ ਕੋਰਸ ਆਫ ਸਟੱਡੀ ਇਜ਼ ਨਾਟ ਰੀਜ਼ਨੇਬਲ ਕੀ ਮਤਲਬ ਹੁੰਦਾ ਹੈ ਦਾ ਮਤਲਬ ਇਹ ਹੈ ਕਿ ਤੁਸੀਂ ਆਰਟਸ ਦੀ ਪੜ੍ਹਾਈ ਪੜ੍ਹੀ ਹੈ ਔਰ ਕੋਰਸ ਲੈ ਲਿਆ ਜੇ ਕਮਰਸ ਵਾਲਾ ਹੋਟਲ ਮੈਨੇਜਮੈਂਟ ਦਾ ਕੋਰਸ ਲੈ ਲੈਂਦੇ ਸਾਰੇ ਬੱਚੇ ਆਰਟਸ ਵਾਲੇ ਜਦੋਂ ਵੀਜ਼ਾ ਰਿਫਿਊਜ਼ ਹੋ ਜਾਂਦਾ ਫਿਰ ਕਹਿੰਦੇ ਕੋਰਸ ਤਾਂ ਅਸੀਂ ਸਹੀ ਲਿਆ ਸੀ ਜਿਆਦਾਤਰ ਕੋਰਸਾਂ ਦੇ ਵਿੱਚ ਸਹਾਬ ਦੀ ਲੋਡ ਹੁੰਦੀ ਹੈ ਜਦੋਂ ਤੁਹਾਡੇ ਕੋਲ ਮੈਥ ਨਹੀਂ ਹੈਗਾ ਤੇ ਬਹੁਤ ਘੱਟ ਚਾਂਸ ਹੈ ਕਿ ਕੈਨੇਡਾ ਦਾ ਵੀਜ਼ਾ ਲੱਗੇਗਾ ਤੁਸੀਂ ਸਹੀ ਕੋਰਸ ਦੀ ਚੋਣ ਨਹੀਂ ਕੀਤੀ ਇਸ ਕਰਕੇ ਤੁਹਾਡਾ ਵੀਜ਼ਾ ਕੈਨੇਡਾ ਐਂਬੈਸੀ ਵੱਲੋਂ ਰਿਫਿਊਜ਼ ਕਰ ਦਿੱਤਾ ਜਾਂਦਾ ਵਾ ਅਗਲਾ ਕੁਐਸਚਨ ਆਂਦਾ ਵਾ ਕਿ ਤੁਹਾਡੀ ਜਿਹੜੀ ਪੜ੍ਹਾਈ ਹੈ ਜਿਹੜੀ ਤੁਹਾਡੀ ਕਾਸਟ ਹੈ ਪੜ੍ਹਾਈ ਦੀ ਉਹਨੂੰ ਤੁਸੀਂ ਕਿਦਾਂ ਜਸਟੀਫਾਈਡ ਕਰਦੇ ਜੀ ਤੁਸੀਂ ਅਫਸਰ ਨੂੰ ਦੱਸਣਾ ਵਾ ਕਿ ਤੁਸੀਂ 15 ਲੱਖ ਰੁਪਇਆ ਅੱਜ ਲਾਣ ਲੱਗੇ ਜੇ ਆਪਦੀ ਪੜ੍ਹਾਈ ਤੇ ਇਹ ਕੱਲ ਨੂੰ ਪੂਰੇ ਕਿਦਾਂ ਹੋਣਗੇ ਅੱਜ ਤੁਸੀਂ 15 ਲੱਖ ਰੁਪਇਆ ਲਾ ਕੇ ਕੈਨੇਡਾ ਪੜ੍ਹਨ ਲੱਗੇ ਹੋ ਕੱਲ ਨੂੰ ਤੁਸੀਂ ਇੰਡੀਆ ਵਾਪਸ ਆ ਕੇ ਕਿੱਥੇ ਨੌਕਰੀ ਕਰੋਗੇ ਤੁਹਾਡੇ ਕੋਲ এমਪਲੋਇਮੈਂਟ ਓਪਰਚ्युनिटीज ਕੀ ਹੈਗੀ ਆ ਤੁਸੀਂ ਕਿਉਂ ਆ ਆਪਣੇ ਮਾਪੇ ਬਾਪ ਦੀ ਸਾਰੀ ਜ਼ਿੰਦਗੀ ਦੀ ਜਮਾ ਪੂੰਜੀ ਕੈਨੇਡਾ ਦੀ ਪੜ੍ਹਾਈ ਤੇ ਲਾਣ ਲੱਗੇ ਹੋ ਤੁਹਾਨੂੰ ਦੱਸਣਾ ਪਏਗਾ ਤੁਹਾਡੀ ਕਾਸਟ ਆਫ ਸਟੱਡੀ ਅਗੇਂਸਟ ਤੁਹਾਨੂੰ ਕੀ এমਪਲੋਇਮੈਂਟ ਮਿਲਣੀ ਹੈ ਕੱਲ ਨੂੰ ਤੁਸੀਂ ਦੱਸ ਸਕਦੇ ਜੇ ਜੇ ਮੈਂ ਪੜ੍ਹਾਈ ਪੜ੍ਹ ਕੇ ਆਨਾ ਤਾਂ ਮੈਨੂੰ ਇੰਡੀਆ ਚ 2 ਲੱਖ ਰੁਪਏ ਮਹੀਨੇ ਦੀ ਤਨਖਾਹ ਦੀ ਨੌਕਰੀ ਮਿਲ ਸਕਦੀ ਹੈ ਹੁਣ 2 ਲੱਖ ਰੁਪਏ ਮਹੀਨਾ ਕਿਸ ਫੀਲਡ ਦੇ ਵਿੱਚ ਨੌਕਰੀ ਮਿਲੇਗੀ ਇਹ ਤੁਸੀਂ ਦੇਖਣਾ ਹਵਾ ਦੇ ਵਿੱਚ ਤੀਰ ਮਾਰੋਗੇ ਕਦੀ ਨਹੀਂ ਲੱਗਣਾ ਤੁਹਾਨੂੰ ਪ੍ਰੋਪਰ ਰਿਸਰਚ ਕਰਨੀ ਪੈਗੀ ਜਿਹੜਾ ਕੋਰਸ ਤੁਸੀਂ ਕੈਨੇਡਾ ਚ ਕਰਨ ਚੱਲੇ ਹੋ ਕੀ ਉਹਦੀ ਇੰਡੀਆ ਚ ਡਿਮਾਂਡ ਹੈਗੀ ਹੈ ਅਫਸਰ ਨੇ ਇਹ ਦੇਖਣਾ ਜਿਹੜਾ ਕੋਰਸ ਤੁਸੀਂ ਲਿਆ ਕੀ ਇਹ ਕੋਰਸ ਇੰਡੀਆ ਚ ਅਵੇਲੇਬਲ ਹੈ ਤੁਸੀਂ ਕਹਿ ਸਕਦੇ ਜੇ ਇੰਡੀਆ ਚ ਕੋਰਸ 4 ਸਾਲ ਦਾ ਵਾ ਔਰ ਕੈਨੇਡਾ ਚ ਕੋਰਸ ਸਾਲ ਦਾ ਵਾ ਜਦੋਂ ਮੈਂ ਕੈਨੇਡਾ ਤੋਂ ਪੜ੍ਹ ਕੇ ਆਉਂਗਾ ਮੇਰੇ ਕੋਲ ਇੰਟਰਨੈਸ਼ਨਲ ਐਕਸਪੋਜ਼ਰ ਹੋਏਗਾ ਜਦੋਂ ਤੱਕ ਤੁਸੀਂ ਇਦਾਂ ਦੇ ਪੁਆਇੰਟ ਨਹੀਂ ਲਿਖਦੇ ਤੁਹਾਨੂੰ ਵੀਜ਼ਾ ਨਹੀਂ ਮਿਲਦਾ ਵੀਜ਼ਾ ਰਿਫਿਊਜ਼ਲ ਦੇ ਜਿਹੜੇ ਜਿਹੜੇ ਪੁਆਇੰਟ ਨੇ ਮੈਂ ਤੁਹਾਨੂੰ 1 ਟੂ 1 ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਹਨਾਂ ਸਾਰੇ ਪੁਆਇੰਟਾਂ ਨੂੰ ਤੁਸੀਂ ਆਪਦੀ ਐਸ.ਓ.ਪੀ ਦੇ ਵਿੱਚ ਕਵਰ ਕਰਨਾ ਵਾ ਅਗਲਾ ਪੁਆਇੰਟ ਹੈ ਪ੍ਰੀਵੀਅਸ ਰਿਫਿਊਜ਼ਲ ਤੁਹਾਡਾ ਪਹਿਲਾ ਹੀ ਵੀਜ਼ਾ ਰਿਫਿਊਜ਼ ਹੋਇਆ ਦਾ 2 3 4 ਵਾਰੀ ਹੁਣ ਤੁਸੀਂ 5ਵੀਂ ਵਾਰੀ ਲੱਗੇ ਜੇ ਅਪਲਾਈ ਕਰਨ ਅਫਸਰ ਕਹਿੰਦਾ ਵੀ ਤੂੰ ਹਰ ਵਾਰੀ ਆਪਦਾ ਕਾਲਜ ਔਰ ਕੋਰਸ ਚੇਂਜ ਕਰ ਲੈਣਾ ਸਾਨੂੰ ਕਿੱਦਾਂ ਲੱਗੇ ਵੀ ਤੂੰ ਜੈਨੂਇਨ ਸਟੂਡੈਂਟ ਐ ਤੂੰ ਕਦੀ ਕੋਈ ਕੋਰਸ ਲੈ ਲੈਣਾ ਤੂੰ ਕਦੀ ਕੋਈ ਕੋਰਸ ਲੈ ਲੈਣਾ ਜਿਨ੍ਹਾਂ ਦੇ ਵੀਜ਼ਾ ਰਿਫਿਊਜ਼ ਆ ਜਦੋਂ ਆਪ ਦੀ ਐਸਓਪੀ ਬਣਾਣੀ ਸ਼ੁਰੂ ਇੱਥੋਂ ਕਰਨਾ ਹੈ ਕਿ ਹਾਂਜੀ ਮੇਰਾ ਸ਼੍ਰੀਮਾਨ ਜੀ ਪਹਿਲਾਂ ਚਾਰ ਬਾਰੀ ਵੀਜ਼ਾ ਰਿਫਿਊਜ਼ ਜੇ ਜਿਹਦੇ ਵਿੱਚ ਇੱਕ ਰੀਜ਼ਨ ਸੀਗੇ ਹੁਣ ਮੈਨੂੰ ਸਮਝ ਲੱਗੀ ਆ ਮੈਂ ਆਪਦੇ ਕੇਪ ਨੋਟਸ ਕਢਾਇਆ ਮੈਨੂੰ ਕਿਸੇ ਚੰਗੇ ਏਜੰਟ ਨੇ ਦੱਸ ਪਾਈ ਆ ਵੀ ਤੂੰ ਗਲਤ ਕੋਰਸ ਲੈ ਰਿਆ ਅੱਗੇ ਉਸੇ ਕੋਰਸ ਨੂੰ ਤੁਸੀਂ ਸਹੀ ਕਿਹਾ ਸੀ ਹੁਣ ਉਸੇ ਕੋਰਸ ਨੂੰ ਤੁਸੀਂ ਗਲਤ ਕਹਿ ਰਹੇ ਹੋ ਤੁਹਾਨੂੰ ਨਵੀਂ ਫਾਈਲ ਦੇ ਵਿੱਚ ਜਦੋਂ ਦੱਸਣਾ ਪਏਗਾ ਕਿ ਪੁਰਾਣੇ ਕੋਰਸ 'ਚ ਕੀ ਨੁਕਸ ਸੀਗਾ ਤੁਸੀਂ ਬਾਰ-ਬਾਰ ਆਪ ਦਾ ਕਾਲਜ ਔਰ ਕੋਰਸ ਕਿਉਂ ਚੇਂਜ ਕਰਦੇ ਪਿਓ ਇਸ ਸਬਾਬ ਦਾ ਜਵਾਬ ਚਾਹੁੰਦਾ ਜੇ ਅਫਸਰ ਅਕਸਰ ਰਿਫਿਊਜ਼ਲ ਲੈਟਰ 'ਚ ਲਿਖਿਆ ਜਾਂਦਾ ਵੀ ਭਾਈ ਤੂੰ ਪਹਿਲਾਂ ਤਿੰਨ ਚਾਰ ਵਾਰੀ ਤਾਂ ਰਿਫਿਊਜ਼ ਆ ਸਾਡਾ ਜਿਹੜਾ ਪਿਛਲਾ ਡਿਸੀਜਨ ਹੈ ਨਾ ਉਹੀ ਸਟੈਂਡ ਰਹਿੰਦੇ ਹੋ ਤੁਸੀਂ ਆਪ ਸਮਝਦਾਰ ਜੀ ਇੱਕ ਬੰਦਾ ਤਿੰਨ ਚਾਰ ਵਾਰੀ ਰਿਫਿਊਜ਼ ਆ ਲੈ ਬਾਰ-ਬਾਰ ਉਹ ਕਾਲਜ ਕੋਰਸ ਹਰ ਵਾਰੀ ਚੇਂਜ ਕਰੀ ਜਾਂਦਾ ਪਿਆ ਵਾ ਤੁਹਾਨੂੰ ਦੱਸਣਾ ਨਹੀਂ ਚਾਹੀਦਾ ਕਿ ਕਿਉਂ ਚੇਂਜ ਕਰਦਾ ਪਿਆ ਵਾ ਤੁਹਾਨੂੰ ਇਹ ਸਾਰੇ ਰੀਜ਼ਨ ਦੇਖਣੇ ਪੈਣਗੇ ਕਿ ਚੇਂਜ ਕਿਉਂ ਕਰਦੇ ਪਏ ਹੋ ਤੁਸੀਂ ਕੀ ਗੋਲ ਹੈ ਇਹਦੇ ਪਿੱਛੇ ਪਿਛਲੀ ਐਪਲੀਕੇਸ਼ਨ ਚ ਕੀ ਗਲਤ ਸੀਗਾ ਹੁਣ ਤੁਸੀਂ ਇਹ ਫੇਰ ਅਰਕੀ ਰਵਾ ਕੋਰਸ ਲੈ ਲਿਆ ਨਵੇਂ ਕਾਲਜ ਇਚ ਲੈ ਲਿਆ ਉਸ ਕੋਰਸ ਬਾਰੇ ਉਸ ਕਾਲਜ ਬਾਰੇ ਡਿਟੇਲਸ ਲਿਖਣਾ ਪੈਣਾ ਹੈ ਵੀਜ਼ੇ ਤੱਕ ਪਹੁੰਚਣਾ ਯਾਦ ਰੱਖਿਓ ਜਦੋਂ ਕਿਸੇ ਦਾ ਵੀਜ਼ਾ ਰਿਫਿਊਜ਼ ਹੁੰਦਾ ਉਹ ਵੀਜ਼ਾ ਦੁਬਾਰਾ ਲੈਣਾ ਇੱਕ ਬੜਾ ਵੱਡਾ ਚੈਲੰਜ ਹੁੰਦਾ ਵਾ ਅਸੀਂ ਕੰਮ ਕਰਦੇ ਆ ਇਸ ਚੀਜ਼ ਤੇ ਜਿਨ੍ਹਾਂ ਦੇ ਵੀਜ਼ੇ ਰਿਫਿਊਜ਼ ਹੋਏ ਆ ਉਹਨਾਂ ਨੂੰ ਜ਼ਿੰਮੇਵਾਰੀ ਲੈ ਕੇ ਦਿੰਨੇ ਆ ਅੱਜ ਤੁਹਾਡਾ ਵੀਜ਼ਾ ਰਿਫਿਊਜ਼ ਆ ਜਿਸ ਜਨਤ ਤੋਂ ਰਿਫਿਊਜ਼ ਆ ਉਹ ਵੀ ਤੁਹਾਡੀ ਬਾਹਾਂ ਹੀ ਫੜਦਾ ਪਿਆ ਉਹ ਵੀ ਕਹਿੰਦਾ ਆ ਲਾ ਫੜ ਪਾਸਪੋਰਟ ਜਾ ਕੇ ਤੋ ਹੋਰ ਲਾਲਾ ਜਾ ਕੇ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਮੇਰੇ ਕੋ ਕਾਗਜ਼ ਲੈ ਕੇ ਆਓ ਮੈਂ ਜ਼ਿੰਮੇਵਾਰੀ ਲਵਾਂਗਾ ਵੀਜ਼ਾ ਲਵਾ ਕੇ ਦੇਣ ਦੀ ਤੁਹਾਨੂੰ ਵੀਜ਼ਾ ਮਿਲੇਗਾ ਫਿਰ ਤੁਸੀਂ ਮੇਰੀ ਸਰਵਿਸ ਚਾਰਜ ਦੇਣੇ ਆ ਮੈਂ ਪੈਸੇ ਦਾ ਹੱਕਦਾਰ ਤਾਂ ਹਾਂ ਵਾਂ ਜੀ ਤੁਹਾਡਾ ਵੀਜ਼ਾ ਲਵਾਵਾਂਗਾ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਲਿਖਿਆ ਜਾਂਦਾ ਤੁਹਾਡੀ ਇੰਗਲਿਸ਼ ਬਹੁਤ ਵੀਕ ਹੈ ਤੁਹਾਡੇ ਆਇਲਸ ਦੇ ਵਿੱਚ ਇੱਕ ਮੋਡਿਊਲ 'ਚ 5.5 ਬੈਂਡ ਹੈ ਰੀਡਿੰਗ 'ਚ ਹੋ ਰਾਈਟਿੰਗ 'ਚ ਇਸ ਕਰਕੇ ਤੁਹਾਡਾ ਵੀਜ਼ਾ ਰਿਫਿਊਜ਼ ਕੀਤਾ ਜਾ ਰਿਹਾ ਤੁਸੀਂ ਵੀਜ਼ਾ ਅਫਸਰ ਨੂੰ ਦੱਸਣਾ ਭਾਈ ਮੇਰੇ ਕੋਰਸ ਦੀ ਰਿਕੁਆਇਰਮੈਂਟ ਹੀ 5.5 ਬੈਂਡ ਦੀ ਹੈ ਮੇਰੇ ਕੋਰਸ ਦੀ ਕਾਲਜ ਦੀ ਰਿਕੁਆਇਰਮੈਂਟ 5.5 ਬੈਂਡ ਦੀ ਹੈ ਉਹਦਾ ਐਵੀਡੈਂਸ ਨਾਲ ਲਾਣਾ ਡਾਕੂਮੈਂਟਡ ਪ੍ਰੂਫ ਕਰਨਾ ਤੁਸੀਂ ਤੁਸੀਂ ਐਸਓਪੀ ਦੇ ਵਿੱਚ ਲਿਖਣਾ ਹੈ ਕਿ ਮੈਂ ਕਾਲਜ ਦੀ ਵੈਬਸਾਈਟ ਦਾ ਪ੍ਰਿੰਟ ਲਗਾ ਜੇ ਨਾਲ ਲਾਣ ਕਿ ਜਿਸ ਕਾਲਜ ਦੇ ਚ ਮੈਂ ਪੜਨ ਚੱਲਾਂ ਉਹ ਕਾਲਜ ਦੀ 6 ਬੈਂਡ ਓਵਰਆਲ ਰਿਕੁਆਇਰਮੈਂਟ ਹੈ 5.5 ਬੈਂਡ ਵਿੱਚ ਹੈ ਮੈਂ ਅੰਗਰੇਜ਼ੀ ਦੀ ਰਿਕੁਆਇਰਮੈਂਟ ਪੂਰੀ ਕਰਦਾ ਇਸ ਕਰਕੇ ਮੇਰੇ ਉੱਤੇ ਅੰਗਰੇਜ਼ੀ ਵਾਲਾ ਐਲੀਜੀਸ਼ਨ ਨਾ ਲਾਇਆ ਜਾਵੇ ਬਹੁਤ ਸਾਰੇ ਬੱਚੇ ਜਿਨ੍ਹਾਂ ਦੇ ਪੜ੍ਹਾਈ ਚ ਨੰਬਰ ਘੱਟ ਹੁੰਦੇ ਆ ਪੜ੍ਹਾਈ ਦੇ ਵਿੱਚ ਫੇਲ ਹੋਇਆ ਹੁੰਦਾ ਬੱਚਾ ਨੰਬਰ ਘੱਟ ਹੁੰਦੇ ਆ ਪੂਰ ਐਜੂਕੇਸ਼ਨ ਹਿਸਟਰੀ ਹੁੰਦੀ ਆ ਕੁਝ ਇੱਕ ਲੋਕਾਂ ਦੀ ਇਨੂਵਿਤ ਨੂੰ ਚੰਗੀ ਤਰ੍ਹਾਂ ਫਾਈਲ ਦੇ ਵਿੱਚ ਦੱਸਣਾ ਪੈਣਾ ਹੈ ਕਿ ਤੁਸੀਂ ਪੜ੍ਹਾਈ ਦੇ ਵਿੱਚ ਨਲਾਇਕ ਹੋ ਜਾਂ ਤੁਹਾਡੇ ਕੋਈ ਹਾਦਸਾ ਹੋ ਗਿਆ ਜਾਂ ਤੁਸੀਂ ਕੋਈ ਡਿਪਰੈਸ਼ਨ 'ਚ ਚਲੇ ਗਏ ਕਈ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਲੋਕਾਂ ਨਾਲ ਤੁਹਾਨੂੰ ਫਾਈਨਲ ਐਗਜ਼ਾਮ ਤੋਂ ਪਹਿਲਾਂ ਤੁਹਾਡਾ ਕੋਈ ਐਕਸੀਡੈਂਟ ਹੋ ਗਿਆ ਤੁਹਾਡੇ ਘਰ 'ਚ ਕਿਸੇ ਦੀ ਮੌਤ ਹੋ ਗਈ ਜਿਹਦੇ ਕਰਕੇ ਤੁਹਾਡਾ ਮਨ ਟੁੱਟ ਗਿਆ ਤੁਸੀਂ ਪੜ੍ਹਾਈ ਕਰਕੇ ਪੇਪਰ ਨਹੀਂ ਦਿੱਤੇ ਤੁਹਾਨੂੰ ਜਸਟੀਫਿਕੇਸ਼ਨ ਦੇਣੀ ਪੈਣੀ ਹੈ ਤੁਹਾਡੇ ਨੰਬਰ ਕੱਟ ਕਿਉਂ ਹੈ ਜੇ ਨੰਬਰ ਤੁਹਾਡੇ ਘਟ ਹੈ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਕਿ ਅਲਸ ਨੰਬਰ ਤੁਸੀਂ ਸੱਤ ਲੈ ਲੇ ਕੀ ਤੁਹਾਡੇ ਨੰਬਰ ਘਟ ਨੇ ਉਸ ਤੋਂ ਬਾਅਦ ਜਿਹੜਾ ਵਰਕ ਐਕਸਪੀਰੀਅੰਸ ਕੀਤਾ ਕਿ ਤੁਸੀਂ ਉੱਥੇ ਚੰਗੀ ਤਰ੍ਹਾਂ ਕੰਮ ਕੀਤਾ ਵੀਜ਼ੇ ਦੇ ਵਿੱਚ ਦੋ ਚੀਜ਼ਾਂ ਦੇਖੀਆਂ ਜਾਂਦੀਆਂ ਜਾਂ ਤੁਹਾਡੀ ਪੜ੍ਹਾਈ ਦੇਖੀ ਜਾਂਦੀ ਜਾਂ ਤੁਹਾਡਾ ਵਰਕ ਐਕਸਪੀਰੀਅੰਸ ਦੇਖਿਆ ਜਾਂਦਾ ਜਿਸ ਦੁਕਾਨ ਤੇ ਜਿਸ ਸ਼ਾਪ ਤੇ ਤੁਸੀਂ ਨੌਕਰੀ ਕੀਤੀ ਹੈ ਜਿਸ ਦੁਕਾਨ ਤੇ ਫੈਕਟਰੀ ਤੇ ਜਿਹੜੀ ਜਗ੍ਹਾ ਵੀ ਤੁਸੀਂ ਜੌਬ ਕੀਤੀ ਹੈ ਜੇ ਉਸ ਜੌਬ ਦੇ ਨਾਲ ਰਿਲੇਟਿਡ ਤੁਸੀਂ ਕੋਰਸ ਲੈ ਰਹੇ ਜੇ ਫਿਰ ਤੁਹਾਡੇ ਅਫਸਰਾਂ ਨੂੰ ਘੱਟ ਨੰਬਰਾਂ ਦੇ ਨਾਲ ਵੀ ਕੋਈ ਗੱਲ ਨਹੀਂ ਹੁੰਦੀ ਦਸਵੀਂ 12ਵੀਂ ਦਾ ਪੇਪਰ ਜ਼ਿੰਦਗੀ 'ਚ ਇੱਕ ਵਾਰ ਹੀ ਹੁੰਦਾ ਵਾ ਵਰਕ ਐਕਸਪੀਰੀਅੰਸ ਸਾਡੇ ਕੋਲ ਸਦਾ ਲਈ ਹੁੰਦਾ ਤੁਸੀਂ ਆਪ ਦੇ ਕਾਰਜਕਾਲ ਦੇ ਵਿੱਚ ਕਿਤੇ 2-4-5 ਸਾਲ ਦੀ ਜਿੱਥੇ ਨੌਕਰੀ ਕੀਤੀ ਆ ਉਥੋਂ ਰੈਫਰੈਂਸ ਲੈਟਰ ਲੈ ਸਕਦੇ ਜੇ ਤੁਹਾਡੇ ਨਾਲ ਜਿਹੜੇ ਕਲੀਗ ਪਰਦੇ ਨੇ ਤੁਹਾਡੇ ਨਾਲ ਜਿਹੜੇ ਕਲੀਗਸ ਨੇ ਕੰਮ ਕੀਤਾ ਉਹ ਤੁਹਾਡੇ ਬਾਰੇ ਲਿਖ ਕੇ ਦੇ ਸਕਦੇ ਆ ਤੁਹਾਡਾ EMPLOYER ਤੁਹਾਡੇ ਬਾਰੇ ਰੈਫਰੈਂਸ ਲੈਟਰ ਇਸ਼ੂ ਕਰ ਸਕਦਾ ਹੈ। ਇਦਾਂ ਦੇ ਕਾਗਜ਼ਾ ਦੇ ਨਾਲ ਫਾਈਲ ਤੁਹਾਡੀ ਸਟਰੋਂਗ ਹੁੰਦੀ ਹੈ। ਦੇਖਣ ਵਾਲੇ ਅਫਸਰ ਨੂੰ ਵੀ ਲੱਗਦਾ ਕਿ ਹਾਂ ਜੈਨੂਇਨ ਆ ਠੀਕ ਆ ਨੰਬਰ ਘੱਟ ਸੀਗੇ 12 ਵਿੱਚ ਪਰ ਬੰਦਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਰਿਹਾ। ਜਿਸ ਵੀ ਜਗ੍ਹਾ ਤੇ ਨੇ ਨੌਕਰੀ ਕੀਤੀ ਹੈ ਦੀ ਤਨਖਾਹ ਵੱਧਦੀ ਪਈ ਹੈ ਤੇ ਇਨਸੈਂਟਿਵ ਵਧਦੇ ਪਏ ਆ। ਇਹਦੇ ਮਾਲਕ ਇਹਦੀ ਆਰਗੇਨਾਈਜੇਸ਼ਨ ਇਹਦੇ ਤੋਂ ਖੁਸ਼ ਹੈ। ਇਦਾਂ ਦੇ ਹੋਰ ਪਾਸਾਰੇ ਡਾਕੂਮੈਂਟਡ ਐਵੀਡੈਂਸ ਲਾਣੇ ਪੈਂਦੇ ਆ ਫਾਈਲ 'ਚ। ਤੁਹਾਡੀ ਫਾਈਲ ਜਦੋਂ ਅਫਸਰ ਨੇ ਦੇਖਣੀ ਹੈ ਉਹਨੇ ਫਾਈਲ ਦੇਖਣੀ ਤੁਹਾਨੂੰ ਫੋਨ ਨਹੀਂ ਕਰਨਾ ਲੋਕ ਐਵੇਂ ਛੋਟੀ ਜੀ ਐਸਓਪੀ ਚ ਲਿਖ ਦਿੰਦੇ ਕੈਨੇਡਾ ਬਹੁਤ ਸੋਹਣਾ ਮੁਲਕ ਹੈ ਮੈਂ ਇੱਥੇ ਪੜਨ ਆਣਾ ਚਾਹਨਾ ਨਹੀਂ ਲੋੜ ਹੈਗੀ ਉਹਨਾਂ ਨੂੰ ਕੈਨੇਡਾ ਦੇਖਣ ਦੀ ਉਹ ਨਹੀਂ ਚਾਹੁੰਦੇ ਤੁਸੀਂ ਖੂਬਸੂਰਤ ਮੁਲਕ ਲਿਖੋ ਤੁਸੀਂ ਆਪ ਦੀ ਜ਼ਿੰਦਗੀ ਲਿਖੋ ਤੁਹਾਡੀ ਜ਼ਿੰਦਗੀ ਖੂਬਸੂਰਤ ਕਿੱਦਾਂ ਹੋਏਗੀ ਤੁਹਾਨੂੰ ਇਸ ਕੈਨੇਡੀਅਨ ਐਜੂਕੇਸ਼ਨ ਦਾ ਕੀ ਫਾਇਦਾ ਹੋਏਗਾ ਕੀ ਰੀਜ਼ਨ ਹੈ ਜਿਨ੍ਹਾਂ ਕਰਕੇ ਤੁਸੀਂ ਵਾਪਸ ਆਓਗੇ ਤੁਹਾਡੀ ਫਾਈਲ ਚ ਲਿਖਿਆ ਆਣਾ ਕਿ ਭਾਈ ਸਾਨੂੰ ਨਹੀਂ ਲੱਗਦਾ ਤੂੰ ਵਾਪਸ ਆਣਾ ਪੜ੍ਹਾਈ ਤੋਂ ਬਾਅਦ ਤੇਰੇ ਨੰਬਰ ਥੋੜੇ ਆ ਇਸ ਕਰਕੇ ਤੈਨੂੰ ਵੀਜ਼ਾ ਨਹੀਂ ਦੇ ਸਕਦੇ ਮੈਂ ਵਿਨੇ ਹਰੀਦ ਜ਼ਿੰਮੇਵਾਰੀ ਲਵਾਂਗਾ ਤੁਹਾਡੇ ਵੀਜ਼ੇ ਦੀ ਤੁਹਾਡਾ 2 4 5 ਵਾਰੀ ਰਿਫਿਊਜ਼ ਆ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਨੂੰ ਵੀਜ਼ੇ ਤੱਕ ਪਹੁੰਚਾਵਾਂਗੇ ਸਾਡੇ ਕੋਲ ਇੱਕ ਐਕਸਪਰਟ ਟੀਮ ਹੈ ਜਿਹਦਾ ਕੰਮ ਹੀ ਸਵੇਰ ਤੋਂ ਸ਼ਾਮ ਤੱਕ ਰਿਫਿਊਜ਼ਲ ਵਾਲੇ ਕੇਸਾਂ ਤੇ ਕੰਮ ਕਰਨ ਦਾ ਤੁਹਾਡਾ 2 4 5 ਵਾਰੀ ਵੀ ਰਿਫਿਊਜ਼ ਹੋਇਆ ਅਸੀਂ ਤੁਹਾਡੀ ਫਾਈਲ ਨੂੰ ਰਿਪਰੈਜ਼ੈਂਟ ਕਰਾਂਗੇ ਤੁਹਾਨੂੰ ਵੀਜ਼ਾ ਲੈ ਕੇ ਦਵਾਂਗੇ ਫਿਰ ਤੁਹਾਡੇ ਕੋਲੋਂ ਪੈਸੇ ਲਵਾਂਗੇ ਹੋਰ ਵੀ ਕਈ ਪੁਆਇੰਟ ਹੁੰਦੇ ਆ ਜਿਹਦੇ ਵਿੱਚ ਲੈਂਗੁਏਜ ਨੂੰ ਲੈ ਕੇ ਬਹੁਤ ਜ਼ਿਆਦਾ ਅੱਜ ਦੀ ਰੇਟ 'ਚ ਰਿਫਿਊਜ਼ ਆ ਰਿਹਾ ਵਾ ਬਹੁਤ ਸਾਰੇ ਬੱਚਿਆਂ ਦਾ ਗੈਪ ਕਰਕੇ ਵੀਜ਼ਾ ਰਿਫਿਊਜ਼ ਆ ਰਿਹਾ ਵਾ ਬਹੁਤ ਸਾਰੇ ਬੱਚਿਆਂ ਦਾ ਕੋਰਸ ਸਹੀ ਨਹੀਂ ਲਿੱਤਾ ਗਿਆ ਹੁੰਦਾ ਇਸ ਕਰਕੇ ਵੀਜ਼ਾ ਰਿਫਿਊਜ਼ ਹੁੰਦਾ ਵਾ ਤੁਹਾਡਾ ਇਹਨਾਂ 'ਚੋਂ ਕਿਸੇ ਵੀ ਤਰ੍ਹਾਂ ਦੇ ਰੀਜ਼ਨ ਨਾਲ ਵੀਜ਼ਾ ਰਿਫਿਊਜ਼ ਹੋਇਆ ਮੇਰੇ ਨਾਲ ਸੰਪਰਕ ਕਰੋ ਮੈਂ ਤੁਹਾਡੀ ਵੀਜ਼ੇ ਦੀ ਜ਼ਿੰਮੇਵਾਰੀ ਲਵਾਂਗਾ ਜੇ ਤੁਹਾਨੂੰ ਕੋਈ ਗੱਲ ਚੰਗੀ ਲੱਗੀ ਤੁਸੀਂ ਸਾਡੇ ਕੋਲ ਅਪਲਾਈ ਕਰਨਾ ਚਾਹੁੰਦੇ ਜੇ ਥੱਲੇ ਦਿੱਤੇ ਗਏ ਨੰਬਰਾਂ ਦੇ ਉੱਤੇ ਕਾਲ ਕਰਕੇ ਮੇਨਾ ਅਪਾਇੰਟਮੈਂਟ ਬਣਾਓ ਵੀਜ਼ੇ ਦੀ ਲਵਾਉਣ ਦੀ ਜ਼ਿੰਮੇਵਾਰੀ ਤੇ ਕੰਮ ਤੁਹਾਡਾ ਕਰਾ ਕੇ ਦੇਾਂਗੇ ਧੰਨਵਾਦ